ਮਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੀਤੇ ਕੱਲ੍ਹ ਜੋ ਬੇਅਦਬੀ ਦੀ ਘਟਨਾ ਹੋਈ ਸੀ ਉਸ ਤੋਂ ਬਾਅਦ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਸੀਗਾ ਔਰ ਇਸ ਵਕਤ ਜਿਹੜਾ ਹੈਗਾ ਉਹ ਜਿਹੜਾ ਹੈ ਉਹ ਮਾਹੌਲ ਹੁਣ ਖਤਮ ਹੋ ਗਿਆ। ਜੋ ਵੀ ਕੱਲ੍ਹ ਦਾ ਮਾਹੌਲ ਬਣਿਆ ਹੋਇਆ ਸੀਗਾ ਖਾਸ ਤੌਰ ਉੱਤੇ ਇਹ ਜੋ ਸਿੱਖ ਸੰਗਤਾਂ ਸਨ ਉਹਨਾਂ ਨੇ ਵੇਰਕਾ ਚੌਂਕ ਉੱਤੇ ਟ੍ਰੈਫਿਕ ਜਾਮ ਕੀਤੀ ਸੀ ਔਰ ਹੁਣ ਕਿਉਂਕਿ ਸਮਝੌਤਾ ਹੋਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਪੁਲਿਸ ਜੋ ਟ੍ਰੈਫਿਕ ਬਲੋਕ ਕਰਨ ਵਾਸਤੇ ਇਹ ਪਾਈਪਾਂ ਲਗਾਈਆਂ ਹੋਈਆਂ ਸੀਗੀਆਂ ਇਹ ਮੋਰਿੰਡਾ ਕਰਾਲੀ ਰੋਡ ਦੇ ਉੱਤੇ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਲੋਕ ਇੱਥੋਂ ਆ ਜਾ ਸਕਣਗੇ। ਹੋਇਆ ਕੀ ਹੈ ਇਸ ਪੂਰੀ ਘਟਨਾ ਦੇ ਵਿੱਚ ਇਹ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲਾਂਕਿ ਜਿਹੜੀ ਬੇਅਦਬੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਬੀਤੇ ਕੱਲ੍ਹ ਹੀ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਜਿਹੜੇ ਸੀਗੇ ਇੱਕ ਜਿਹੜੀ ਧਿਰ ਸੀਗੀ ਲੋਕਲ ਇੱਥੋਂ ਦੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਇਸ ਜਿਹੜੀ ਪ੍ਰਬੰਧਕ ਕਮੇਟੀ ਵੱਲੋਂ ਵੀ ਅਣਗਹਿਲੀ ਵਰਤੀ ਗਈ ਹੈ ਇਸ ਪੂਰੇ ਮਾਮਲੇ ਵਿੱਚ ਜਿਸ ਕਰਕੇ ਘਟਨਾ ਹੋਈ ਹੈ। ਉਸ ਤੋਂ ਬਾਅਦ ਉਸ ਪ੍ਰਬੰਧਕ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਨਵੀਂ ਪ੍ਰਬੰਧਕ ਕਮੇਟੀ ਜਿਹੜੀ 5 ਮੈਂਬਰੀ ਸੀ ਉਹ ਬਣਾ ਦਿੱਤੀ ਗਈ। ਦੁਆਬਾ ਸਾਹਿਬ ਦੇ ਵਿੱਚ ਜੋ ਕੱਲ੍ਹ ਐਡੀ ਵੱਡੀ ਇਹ ਦੁਰਘਟਨਾ ਹੋਈ ਆ ਉਹ ਕਿਉਂ ਹੋਈ ਆ, ਉਸ ਦੇ ਪਿੱਛੇ ਕੌਣ ਆ, ਜਿਹੜਾ ਬੰਦਾ ਇੱਥੇ ਪਹੁੰਚਿਆ ਉਹ ਕਿਹੜੇ ਰਸਤੇ ਨੂੰ ਆਇਆ, ਰਸਤੇ 'ਚੋਂ ਕਿਹਨੂੰ ਕਿਹਨੂੰ ਮਿਲਿਆ, ਹੁਣ ਸੁਣ 'ਚ ਇਹ ਵੀ ਆਇਆ ਵੀ ਉਹਦੇ ਪਹਿਲਾਂ ਟੋਪੀ ਲਈ ਹੋਈ ਸੀ ਬਾਅਦ 'ਚੋਂ ਪਰਨਾ ਬੰਨਿਆ, ਸੋ ਇਹ ਰਸਤੇ ਦੀਆਂ ਜਿੰਨੀਆਂ ਫੁਟੇਜ ਆ ਉਹ ਦੇਖੀਆਂ ਜਾਣਗੀਆਂ ਅਤੇ ਇੱਥੇ ਆ ਕੇ ਕਿਹੜੇ ਬੰਦੇ ਨੇ ਫੋਨ ਕਰਿਆ ਪੁਲਿਸ ਨੂੰ। ਸੰਗਤ ਦੇ ਆਉਣ 'ਤੇ ਪਹਿਲਾਂ ਅਸੀਂ 2 ਮਿੰਟ ਬਾਅਦ ਪਹੁੰਚ ਗਏ ਤੇ ਇੱਥੇ ਜਦੋਂ ਇੱਥੇ ਇੰਸੀਡੈਂਟ ਹੋਇਆ ਹੈ, ਸਾ ਅਸੀਂ ਇੱਧਰੋਂ ਆ ਗਏ ਬੰਦਾ ਇੱਧਰੋਂ ਲੰਘ ਗਈ ਪੁਲਿਸ ਲੈ ਕੇ, 2 ਮਿੰਟ 'ਚ ਪੁਲਿਸ ਕਿਵੇਂ ਹੈਗੀ, ਕੌਣ ਆ ਬੰਦਾ ਫੋਨ ਕਰਨ ਵਾਲਾ, ਉਹ ਕਾਲ ਡਿਟੇਲ ਕਢਾਉਣੇ ਸਾਰੇ ਬੰਦੇ ਉਹਨਾਂ ਦੀਆਂ, ਸੋ ਇਹ ਬਹੁਤ ਵੀਰ ਪੱਖ ਦੇਖਣ ਵਾਲੇ ਆ। ਸੈਕਿੰਡ ਜਿਹੜਾ ਗਾਹ ਕੋਰਟ ਦਾ ਕੰਮ ਆ ਪ੍ਰੋਸੀਜਰ ਚੱਲੂਗਾ ਉਹਦੇ ਵਿੱਚ ਵੀ ਅਸੀਂ ਪਿੱਛੇ ਗੁਰਦੁਆਰੇ ਦੇ ਸੁਧਾਰ ਵਾਸਤੇ ਵੀ ਕੰਮ ਕਰਨੇ ਆ। ਬਹੁਤ ਵੱਡਾ ਵੀ ਇਤਿਹਾਸਿਕ ਗੁਰਦੁਆਰਾ, ਬਹੁਤ ਸੰਗਤ ਦੀ, ਬਹੁਤ ਜ਼ਿਆਦਾ ਸੰਗਤ ਦੀ ਸ਼ਰਧਾ ਇੱਥੇ ਜੁੜੀ ਹੋਈ ਹੈ। ਹੁਣ ਜਿਹੜੀ ਹੈਗੀ ਹੈ ਵੱਖਰੀ ਇੱਕ FIR ਹੋਰ ਦਰਜ ਹੋਈ ਹੈ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ 2 ਪ੍ਰਬੰਧਕਾਂ ਦੇ ਖਿਲਾਫ਼ ਵੀ ਮਾਮਲਾ ਦਰਜ ਹੋਇਆ। ਕੱਲ੍ਹ ਤੋਂ ਇੱਕ ਵੀਡੀਓ ਵਾਇਰਲ ਹੈ ਜੀ, ਜਦੋਂ ਕਿ ਸਭ ਕੁਝ ਹੋਣ ਤੋਂ ਬਾਅਦ ਵੀਡੀਓ ਜਿਹੜੀ ਆ ਬੇਅਦਬੀ ਵਾਲੀ ਬਹੁਤ ਵਾਇਰਲ ਹੋਈ, ਦੂਰ ਦੇਸ਼ਾਂ ਪ੍ਰਦੇਸ਼ਾਂ ਤੱਕ ਪਹੁੰਚੀ, ਲੇਕਿਨ ਗੁਰਦੁਆਰਾ ਸਾਹਿਬ 'ਚ ਕੁਛ ਵਿਅਕਤੀਆਂ ਵੱਲੋਂ ਕਿਹਾ ਗਿਆ ਕਿ ਇੱਥੇ ਬੇਅਦਬੀ ਹੋਈ ਹੀ ਨਹੀਂ ਹੈ, ਜਿਹਦੇ ਕਰਕੇ ਸਿੱਖ ਸੰਗਤ 'ਚ ਕਾਫੀ ਰੋਸ ਸੀਗਾ। ਜੋ ਦੂਰੋਂ ਦੂਰੋਂ ਆ ਕੇ ਇੱਥੇ ਸ਼ਾਂਤਮਈ ਆਪਣਾ ਪ੍ਰੋਟੈਸਟ ਕਰ ਰਹੇ ਸੀ ਉਹਨਾਂ 'ਚ ਕਾਫੀ ਰੋਸ ਆ ਗਿਆ, ਜਿਹਦੇ ਕਰਕੇ ਉਹਨਾਂ ਦੀ ਮੰਗ ਸੀ ਕਿ ਇਹਨਾਂ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਹ ਕਾਰਵਾਈ ਕੀਤੀ ਗਈ ਜੀ 153 IPC ਅਤੇ 34 IPC ਹੇਠ। ਪਰ ਫਿਲਹਾਲ ਇਹ ਹੈ ਕਿ ਜਿਹੜਾ ਹਾਲਾਤ ਨੇ ਮੋਰਿੰਡਾ ਸ਼ਹਿਰ ਦੇ ਉਹ ਨੋਰਮਲ ਹੋ ਚੁੱਕੇ ਨੇ। ਇਸ ਦੀ ਗਵਾਹੀ ਇਹ ਤਸਵੀਰਾਂ ਨੇ ਕਿ ਇਹ ਜੋ ਕੱਲ੍ਹ ਤੋਂ ਇੱਥੋਂ ਟ੍ਰੈਫਿਕ ਬੰਦ ਕੀਤਾ ਹੋਇਆ ਸੀਗਾ ਉਹ ਹੁਣ ਰੋਕਾਂ ਹਟਾਈਆਂ ਜਾ ਰਹੀਆਂ ਨੇ ਔਰ ਜਿਹੜੀਆਂ ਅਲੱਗ ਅਲੱਗ ਜਥੇਬੰਦੀਆਂ ਹੈਗੀਆਂ ਨੇ ਉਹ ਆਪੋ ਆਪਣੇ ਹੁਣ ਜਿਹੜਾ ਹੈਗਾ ਇਹ ਟਿਕਾਣਿਆਂ ਵੱਲ ਜਾ ਰਹੀਆਂ ਨੇ ਔਰ ਦੱਸਿਆ ਗਿਆ ਕਿ ਹੁਣ ਵੀਰਵਾਰ ਨੂੰ ਇੱਕ ਵਾਰੀ ਫਿਰ ਤੋਂ ਇੱਥੇ ਇੱਕ ਇਕੱਠ ਬੁਲਾਇਆ ਗਿਆ ਹੈ ਜਿਸ ਵਿੱਚ ਇਹ ਗੱਲ ਆਖੀ ਗਈ ਹੈ ਕਿ ਜੋ ਸਿੱਖ ਸੰਗਤਾਂ ਇੱਥੇ ਧਰਨਾ ਦੇ ਰਹੀਆਂ ਸਨ ਉਹ ਚਾਹੁੰਦੀਆਂ ਸਨ ਕਿ ਜੋ ਪ੍ਰਬੰਧਕ ਕਮੇਟੀ ਨਵੀਂ ਪ੍ਰਬੰਧਕ ਕਮੇਟੀ ਜੋ 5 ਮੈਂਬਰੀ ਅੱਜ ਬਣਾਈ ਗਈ ਹੈ ਪਹਿਲੀ ਕਮੇਟੀ ਨੂੰ ਭੰਗ ਕਰਕੇ ਉਹਦੇ ਵਿੱਚ ਵੀ ਇਸ ਕਮੇਟੀ ਦੇ ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਵੇ। ਪਰ ਫਿਲਹਾਲ ਇਹ ਹੈ ਕਿ ਜੋ ਬੇਅਦਬੀ ਦੀ ਘਟਨਾ ਹੋਈ ਸੀ ਉਸ ਬੇਅਦਬੀ ਦੀ ਘਟਨਾ ਦੇ ਵਿੱਚ ਇੱਕ ਵਿਅਕਤੀ ਨੂੰ ਕੱਲ੍ਹ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਅੱਜ ਜੋ ਹੈ 2 ਮਾਮਲੇ ਜਿਹੜੇ ਹੈਗੇ ਨੇ 2 ਵਿਅਕਤੀਆਂ ਦੇ ਖਿਲਾਫ਼ ਮਾਮਲੇ ਦਰਜ ਵੱਖਰੇ ਤੌਰ 'ਤੇ ਕੀਤੇ ਗਏ ਨੇ। ਇਹ ਜਿਹੜੇ 2 ਵਿਅਕਤੀ ਨੇ ਇਹ ਦਰਅਸਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਨ ਔਰ ਉਸਦੇ ਜੋ ਸ਼ਿਕਾਇਤ ਦੇ ਆਧਾਰ ਉੱਤੇ ਜਿਹੜੀ ਹੈਗੀ ਹੈ ਉਹ ਮਾਮਲਾ ਦਰਜ ਕੀਤਾ ਹੈ। ਪਰ ਫਿਲਹਾਲ ਮੋਰਿੰਡਾ ਸ਼ਹਿਰ ਜਿਹੜਾ ਹੈਗਾ ਹੈ ਰੋਪੜ ਜ਼ਿਲ੍ਹੇ 'ਚ ਪੈਂਦਾ ਇਹ ਨੋਰਮਲ ਚੁੱਕਾ, ਤੁਸੀਂ ਦੇਖ ਲਓਗੇ ਕਿ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਜੋ ਗੱਡੀਆਂ ਹੈਗੀਆਂ ਨੇ ਉਹ ਆਪੋ ਆਪਣੇ ਹੁਣ ਇਹ ਸੜਕ ਖੁੱਲ੍ਹਣ ਦੇ ਕਰਕੇ ਜਿਹੜਾ ਹੈ ਉਹ ਆਪੋ ਆਪਣੇ ਟਿਕਾਣਿਆਂ ਵੱਲ ਜਾ ਰਹੀਆਂ ਨੇ ਔਰ ਇਸ ਘਟਨਾ ਦੇ ਕਾਰਨ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਔਰ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਔਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਬਿਆਨ ਵੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਕਿ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਬਖਸ਼ਿਆ ਨਹੀਂ ਜਾਏਗਾ। ਪਰ ਫਿਲਹਾਲ ਜਿਹੜੀ ਇਹ ਘਟਨਾ ਸੀਗੀ ਇਹ ਪੂਰੀ ਘਟਨਾ ਹੁਣ ਜੋ ਹੈ ਉਹ ਖਤਮ ਹੋ ਚੁੱਕਿਆ। ਜੋ ਮਾਹੌਲ ਸੀਗਾ ਹਾਲਾਂਕਿ ਦੁਕਾਨਾਂ ਬੰਦ ਰਹੀਆਂ ਪਰ ਹੁਣ ਜਿਹੜਾ ਹੈਗਾ ਸ਼ਹਿਰ ਆਮ ਜਿਹੜਾ ਮਾਹੌਲ ਵਾਂਗੂ ਇੱਥੇ ਬਣ ਗਿਆ ਔਰ ਰਾਹ ਦੀ ਖਬਰ ਇਹੀ ਹੈ ਕਿ ਹੁਣ ਜਿਹੜੀ ਹੈਗੀ ਹੈ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸਨ ਉਹ ਆਪਸੀ ਸਮਝੌਤੇ 'ਤੇ ਰਾਜ਼ੀ ਹੋ ਗਈਆਂ ਔਰ 2 FIR ਇਸ ਮਾਮਲੇ ਵਿੱਚ ਦਰਜ ਹੋਈਆਂ ਨੇ। ਸਰਬਜੀਤ ਸਿੰਘ ਧਾਲੀਵਾਲ, BBC ਮੋਰਿੰਡਾ, ਰੋਪੜ।